ਮੇਰਾ ਖਿਆਲ ਇਹਨੂੰ ਟ੍ਰੇਡ ਕਰਦਾ ਵੀ ਹੈਗਾ ਇਹਦੀਆਂ ਮੰਗਾਂ ਬਹੁਤੀਆਂ ਹੋ ਗਈਆਂ ਨੇ ਟੀਮ 'ਚ ਇੰਨਾ ਬਜਟ ਨਹੀਂ ਹੈ ਤੇਰੀਆਂ ਮੰਗਾਂ ਪੂਰੀਆਂ ਕਰਨ ਦਾ ਪਰ ਅੱਜ ਤੂੰ ਛੱਕਾ ਮਾਰਿਆ ਅੱਜ ਤੂੰ ਬੋਲ ਸਕਣਾ ਆਪਣੇ ਐਡੀ ਭਾਈ ਪੰਜ ਪੰਜ ਡਾਲਰ ਨਾਲ ਕੀ ਹੁੰਦਾ ਯਾਰ ਮੈਂ 10 ਬਾਰ ਤੂੰ ਐਡਾ ਚੰਗਾ ਪਲੇਅਰ ਹੈ ਮੈਨੂੰ ਇੱਕ ਬਾਤ ਬਤਾ ਜਦ ਤੂੰ ਬਾਹਰ ਟਾਂਗ ਨਿਕਾਲਤਾ ਬਾਹਰ ਜਾਤੀ ਗਰਾਊਂਡ ਸੇ ਬਾਹਰ ਤੇ ਮਾਰਦਾ ਕਿਉਂ ਆਹੋ ਨਹੀਂ ਬੈਕ ਫੁੱਟ ਪੇ ਉੱਤੇ ਮੂੰਹ ਕਰਕੇ ਕਹੋ ਕਿਉਂ ਨਹੀਂ ਮੈਂ ਪੋਟੈਂਸ਼ੀਅਲ ਹੈ ਕਿ ਆਪ ਟਾਂਗ ਵੀ ਲੰਬੀ ਹੱਥ ਵੀ ਲੰਬੇ ਆ ਬਾਹਰੇ ਓਏ ਬੱਲਾ ਘਮਾਂਦਾ ਹੀ ਨਹੀਂ ਓਏ ਓਵਰ ਮੇਰਾ ਮੂੰਹ ਹੰਸ ਨੇ 2 ਓਵਰ ਪਹਿਲੇ ਆਊਟ ਹੋ ਗਏ ਨੇ ਓਵਰ ਵੀ ਕਿੰਨੇ ਖੇਲ ਲੈਂਦੇ ਜੋ ਵੀ ਜਾਂ 6 ਗਿਆ ਜੋ ਚਾਹੀਦੀ ਹੋ ਫਾਇਦਾ ਉਸ ਅਗਲੀ ਵਾਰੀ ਨਾ ਤੇਰੇ ਤੋਂ ਸਾਨੂੰ ਛੱਕੇ ਐਕਸਪੈਕਟ ਨੇ ਬਸ ਤੇਰੇ 15 20 ਸਕੋਰ ਜੋ 25 ਸਕੋਰ ਕਰ ਰਹੇ ਨੇ ਉਹ ਫਾਇਦਾ ਤਾਂ ਉਹ ਦੇ ਰਹੇ ਨੇ ਪਠਾਨ ਤੇਰੇ ਕੋਲ ਗੱਲਾਂ ਹੀ ਗੱਲਾਂ ਨੇ ਵੈਸੇ ਫਿਲਮ ਦਾ ਡਾਇਲੋਗ ਹਜੇ ਇੱਕ ਓਵਰ ਐਡੀ ਭਾਈ 5 ਕੰਪਲੀਟ ਹੋ ਗਏ ਨਾ ਕਿ ਨਹੀਂ ਐਡੀ ਭਾਈ ਨੇ ਕਿਹਾ ਹੋ ਗਏ ਨਹੀਂ ਤੇ ਇੱਥੇ ਹੁੰਦਾ ਨਾ ਟੀਪੂ ਨੇ ਕਹਿਣਾ ਸੀ ਮੇਰੇ 2 ਪੈ ਨੇ ਹਲੇ ਫਰੁਖ ਭਾਈ ਨਹੀਂ ਇਫਤੀ ਭਾਈ ਨੇ ਸਾਡੀ ਕੰਪਲੀਟ ਟੀਮ ਨਾਲ ਨੀ ਖੇਡਿਆ ਅਸੀਂ ਤੁਹਾਨੂੰ ਆ ਨੀ ਪਤਾ ਸ਼ੁਰੂ ਚ ਯੂਐਨ ਓ ਤੇ ਕ੍ਰਿਸ਼ਨ ਜਿਹੜੀ ਆ ਰਿਹਾ ਯੂਐਨ ਬਲੀਵਰ ਨਾ ਹੁਣ ਲੋਕਾਂ ਦਾ ਖਾਬ ਹੋ ਗਿਆ ਯਾਦ ਕਰਾ ਤੁਸੀਂ ਜਿਹੋ ਜਿਹਾ ਤੁਸੀਂ ਰਵਾਇਆ ਤੇ ਜਜ਼ਬੇ ਦੇ ਨਾਲ ਪਤਾ ਨਹੀਂ ਕੀ ਕੁਝ ਜ਼ਿੰਦਾ ਕਰ ਛੱਡਿਆ ਹਾਂ ਉਹ ਹੀ ਜ਼ਿੰਦਾ ਹੋਇਆ ਤੇ ਪਤਾ ਲੱਗਦਾ ਤੁਸੀਂ ਅੱਜ ਸਾਡਾ ਅਨਐਕਸਪੈਕਟਡਲੀ ਸਕੋਰ ਕਰਤਾ ਹੈ ਚਲੋ ਇਹਨਾਂ ਨੂੰ ਬਾਉਂਡਰੀ ਬੜੀ ਦੂਰ